ਬੜੀਆਂ ਦਿੱਕਤਾਂ ਆਈਆਂ ਹੋਣਗੀਆਂ, ਇੱਕ ਦੂਜੇ ਨੂੰ ਮਿਲੇ ਕਿੱਦਾਂ ਤੁਸੀਂ? ਮੇਰੇ ਇੱਦਾਂ ਜੀ, ਅਸੀਂ ਰੇਡੀਓ ਸੁਣਦੇ ਹਾਂ ਦੋਨੇ, ਰੇਡੀਓ ਦੇ ਉੱਤੇ ਲਾਈਵ ਫੰਦਨ ਪ੍ਰੋਗਰਾਮ ਚੱਲਦਾ, ਪ੍ਰੋਗਰਾਮ ਚੱਲਦਾ ਇੱਕ, ਅਤੇ ਉਹਦੇ ਵਿੱਚ ਕੌਲ ਲਾ ਕੇ ਆਪਣੀ ਫਰਮਾਇਸ਼ ਦਾ ਗਾਣਾ ਸੁਣ ਸਕਦੇ ਹਾਂ। ਅਤੇ 2014 ਦੇ ਵਿੱਚ ਇਹ ਵੀ ਕੌਲ ਲਾਉਂਦੇ ਹੁੰਦੇ ਸੀ ਰੇਡੀਓ 'ਤੇ, ਮੈਂ ਵੀ ਲਾਉਂਦਾ ਹੁੰਦਾ ਸੀਗਾ, ਅਤੇ ਉੱਥੋਂ ਫਿਰ ਮੈਨੂੰ ਇਹਨਾਂ ਦੀ ਆਵਾਜ਼ ਪਸੰਦ ਆਈ, ਫਿਰ ਮੈਂ ਇਹਨਾਂ ਨੂੰ ਲੱਭਣਾ ਸ਼ੁਰੂ ਕੀਤਾ। ਅਤੇ ਇਹ ਮੈਨੂੰ ਜੀ, ਮੈਂ ਇਹਨਾਂ ਨੂੰ 8 ਸਾਲ ਲੱਭਿਆ, ਪੂਰੇ 8 ਸਾਲਾਂ ਬਾਅਦ ਮਿਲੇ ਆ ਮੈਨੂੰ ਜਾ ਕੇ। 2014 ਤੋਂ ਲੱਭਣਾ ਸ਼ੁਰੂ ਕੀਤਾ ਅਤੇ 2019 ਦੇ ਐਂਡ 'ਤੇ ਮਿਲੇ ਆ। ਪਤਾ ਕਿਵੇਂ ਲੱਗਿਆ ਵੀ ਹੁਣ ਤੁਹਾਡੀ ਜਿਹੜੀ ਗੱਲ ਆ ਸ਼ਰਨ ਨਾਲ ਹੋਣ ਲੱਗ ਗਈ, ਤੁਹਾਨੂੰ ਮਿਲ ਚੁੱਕੇ ਆ? ਮੇਰੇ ਦੋਸਤ ਸੀਗੇ ਇੱਕ, ਮੈਂ ਉਹਨਾਂ ਨੂੰ ਫੋਨ ਕੀਤਾ ਸੀਗਾ, ਮੈਂ ਕਿਹਾ ਇੱਦਾਂ ਇੱਕ ਕੁੜੀ ਸ਼ਰਨ ਰੇਡੀਓ 'ਤੇ ਕਾਲ ਲਗਾਉਂਦੇ ਆ, ਅਤੇ ਮੈਂ ਕਿਹਾ ਵੀ ਉਹਨਾਂ ਨਾਲ ਗੱਲਬਾਤ ਕਰਨੀ ਹੈ, ਅਤੇ ਉਹਨਾਂ ਨੇ ਗਾਂ ਆਪਣੇ ਦੋਸਤ ਕੋਲ ਕੀਤੀ, ਅਤੇ ਫਿਰ ਸਾਡੇ ਇੱਕ ਹਰਵਿੰਦਰ ਰੂਪ ਰਾਈ ਜੀ ਨੇ ਉਹਨਾਂ ਕੋਲ ਗਈ ਕਾਲ, ਅਤੇ ਉਹਨਾਂ ਨੇ ਮੁੜ ਕੇ ਇਹਨਾਂ ਤੋਂ ਨੰਬਰ ਲਿਆ, ਸ਼ਰਨ ਤੋਂ ਇਹਨਾਂ ਤੋਂ ਨੰਬਰ ਲੈ ਕੇ, ਅਤੇ ਫਿਰ ਇਹਨਾਂ ਨਾਲ ਗੱਲ ਕਰਾਈ ਮੇਰੀ। ਹਾਂਜੀ, ਫਿਰ ਸਾਡੀ ਗੱਲ ਹੋਣ ਲੱਗ ਗਈ ਸੀ। ਕਿੰਨੀਆਂ ਕੁ ਮੁਸ਼ਕਲਾਂ ਆਉਂਦੀਆਂ ਫਿਰ ਜਿਹੜੀ ਤੁਹਾਡੀ ਹੁਣ ਦੀ ਲਾਈਫ ਹੈਗੀ ਉਹਦੇ ਵਿੱਚ? ਮੁਸ਼ਕਲਾਂ ਕੁਛ ਹੱਦ ਤੱਕ ਆਉਂਦੀਆਂ, ਵੀ ਆਪਾਂ ਕਹਿ ਲਓ 50-50% ਆਉਂਦੀਆਂ, ਵੀ ਪਰਮਾਤਮਾ ਚਲੋ ਇਸ ਬਹਾਨੇ ਨੂੰ ਮੰਨਣਾ ਪੈਣਾ, ਪਰ ਮੁਸ਼ਕਲਾਂ ਤਾਂ ਬਹੁਤ ਆਉਂਦੀਆਂ, ਪਰ ਹੁਣ ਕਰ ਵੀ ਕੀ ਸਕਦੇ ਹਾਂ ਨਾ, ਪਰ ਅਸੀਂ ਜ਼ਿੰਦਗੀ ਤੋਂ ਹਾਰਦੇ ਨਹੀਂ, ਫਿਰ ਵੀ ਉਹਦੇ ਨਾਲ ਸੰਘਰਸ਼ ਕਰੀਦਾ ਪੂਰਾ। ਮੇਰੀਆਂ ਫਰੈਂਡ ਤਾਂ ਹੁਣ ਮੈਨੂੰ ਵਿਆਹ ਤੋਂ ਵੱਧ ਨਹੀਂ ਮਿਲੀਆਂ, ਮੇਰੀਆਂ ਤਾਏ ਚਾਚੇ ਦੀਆਂ ਕੁੜੀਆਂ ਸਾਰੀਆਂ ਕਹਿ ਦਿੰਦੀਆਂ ਵੀ ਪਰਸਨੈਲਿਟੀ ਦਾ ਵੀ ਤੇਰੇ ਨਾਲੋਂ ਕਿਤੇ ਜ਼ਿਆਦਾ ਸੋਹਣਾ ਆ। ਫਿਰ ਕਿੰਨਾ ਕੁ ਮਾਣ ਮਹਿਸੂਸ ਹੁੰਦਾ ਵੀ ਰੱਬ ਨੇ ਮੇਰੀ ਵੱਲੋਂ ਵਧੀਆ ਸੁਣ ਲਈ, ਹੈ ਨਾ? ਬਹੁਤ ਜ਼ਿਆਦਾ ਮਾਣ ਮਹਿਸੂਸ ਹੁੰਦਾ। ਮੇਰਾ ਸ਼ੁਰੂ ਤੋਂ ਇੱਕੋ ਸੁਪਨਾ ਸੀ, ਪਹਿਲੀ ਗੱਲ ਤਾਂ ਮੈਂ ਮੈਰਿਜ ਕਰਵਾਉਣਾ ਨਹੀਂ ਸੀ ਚਾਹੁੰਦੀ, ਮੇਰਾ ਫਿਰ ਸੀ ਜੇ ਮੈਂ ਕਰਵਾਵਾਂ ਵੀ, ਹੈ ਨਾ, ਵੀ ਮੈਨੂੰ ਸਮਝਣ ਵਾਲਾ ਹੋਵੇ, ਮੇਰੇ ਜਜ਼ਬਾਤਾਂ ਨੂੰ ਸਮਝੇ, ਮੇਰੀਆਂ ਭਾਵਨਾਵਾਂ ਨੂੰ ਸਮਝੇ, ਔਰ ਦਿਲੋਂ ਪਿਆਰ ਕਰੇ, ਭਾਵੇਂ ਗਰੀਬ ਹੋਵੇ, 10 ਰੁਪਏ ਰੋਜ਼ ਦੇ ਲਿਆਵੇ, ਫਿਰ ਵੀ ਮਹੀਨੇ ਦਾ 300 ਬਣ ਜਾਂਦਾ, 300 ਫਿਰ, ਪਰ ਨਹੀਂ ਸਾਰੇ ਗੱਲੋਂ ਠੀਕ ਹੈ। ਸਤਿ ਸ਼੍ਰੀ ਅਕਾਲ, ਦਾ ਸਿਟੀ ਹੈਡਲਾਈਨਸ ਦੇਖ ਰਹੇ ਹੋ ਤੁਸੀਂ, ਮੈਂ ਤੁਹਾਡਾ ਦੋਸਤ ਗਗਨ ਸਮਾਧ। ਕਹਿੰਦੇ ਨੇ ਕਿ ਜੋੜੀਆਂ ਰੱਬ ਬਣਾਉਂਦਾ, ਅਤੇ ਅੱਜ ਅਜਿਹੀ ਜੋੜੀ ਨਾਲ ਤੁਹਾਡੀ ਅਸੀਂ ਮੁਲਾਕਾਤ ਕਰਵਾਉਣੀ ਹੈ ਜੋ ਕਿ ਸੱਚਮੁੱਚੀ ਰੱਬ ਦੀ ਬਣਾਈ ਹੋਈ ਜੋੜੀ ਲੱਗਦੀ ਹੈ। ਲੋਕ ਕਹਿੰਦੇ ਨੇ ਕਿ ਪਿਆਰ ਰੂਹਾਂ ਦਾ ਹੋਣਾ ਚਾਹੀਦਾ, ਕਿਉਂਕਿ ਜੋ ਜਿਸਮਾਂ ਦਾ ਪਿਆਰ ਹੁੰਦਾ, ਜੋ ਚਿਹਰੇ ਨਾਲ ਪਿਆਰ ਹੁੰਦਾ, ਉਹ ਜਿਹੜਾ ਕੁਝ ਸਮੇਂ ਲਈ ਹੁੰਦਾ, ਪਰ ਜਿਹੜਾ ਰੂਹਾਂ ਵਾਲਾ ਪਿਆਰ ਹੁੰਦਾ ਕਹਿੰਦੇ ਉਮਰ ਹੁੰਦਾ। ਅਤੇ ਅੱਜ ਤੁਹਾਨੂੰ ਰੂਹਾਂ ਵਾਲਾ ਪਿਆਰ ਇਹ ਵੀ ਦਿਖਾਵਾਂਗੇ। ਜੋੜੀ ਅੱਜ ਦੀ ਮੇਰੇ ਨਾਲ ਖੜੀ ਹੈ, ਗੱਲਬਾਤ ਉਹਨਾਂ ਦੇ ਨਾਲ ਕਰਾਵਾਂਗੇ। ਤੁਹਾਨੂੰ ਦੱਸ ਦਿੰਦੇ ਹਾਂ ਕਿ ਜਿਹੜੇ ਅੱਜ ਮੇਰੇ ਨਾਲ ਜੋੜੀ ਹੈਗੀ ਆ, ਅੱਖਾਂ ਤੋਂ ਦੋਨੇ ਬਲਾਈਂਡ ਨੇ, ਬਿਲਕੁਲ ਵੀ ਉਹਨਾਂ ਨੂੰ ਜਿਹੜਾ ਦਿਖਾਈ ਨਹੀਂ ਦਿੰਦਾ। ਕਿਵੇਂ ਉਹਨਾਂ ਦੀ ਮੁਲਾਕਾਤ ਹੁੰਦੀ ਹੈ, ਕਿਵੇਂ ਮੁਲਾਕਾਤ ਉਹਨਾਂ ਦੀ ਪਿਆਰ ਦੇ ਵਿੱਚ ਬਦਲਦੀ ਹੈ, ਫਿਰ ਉਸ ਤੋਂ ਬਾਅਦ ਉਹਨਾਂ ਦਾ ਵਿਆਹ ਹੁੰਦਾ, ਪੂਰੀ ਤੁਹਾਨੂੰ ਜਿਹੜੀ ਕਹਾਣੀ ਅੱਜ ਦਿਖਾਵਾਂਗੇ। ਅਤੇ ਅੱਜ ਅਸੀਂ ਫਗਵਾੜੇ ਦੇ ਕੋਲ ਮੌਜੂਦ ਹਾਂ, ਬਾਈ ਜਗਸੀਰ ਖੜ੍ਹੇ ਆ ਮੇਰੇ ਕੋਲ। ਜਗਸੀਰ ਬਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਉਹ ਸਭ ਤੋਂ ਬਾਈ ਜੀ, ਪਹਿਲਾਂ ਤਾਂ ਸਵਾਲ ਇਹੀ ਹੈ ਕਿ ਤੁਹਾਨੂੰ ਕੀ ਦਿੱਕਤ ਹੈਗੀ ਹੈ, ਕਦੋਂ ਇਹ ਦਿੱਕਤ ਆਈ ਸੀ? ਮੈਨੂੰ ਇਹ ਜੀ 2004 ਦੇ ਵਿੱਚ ਆਈ ਸੀ ਦਿੱਕਤ, 2003 ਦੇ ਸ਼ੁਰੂਆਤ 'ਚ ਮੇਰੀ ਨਿਗ੍ਹਾ ਘੱਟਣੀ ਸ਼ੁਰੂ ਹੋਈ ਆ, ਅਤੇ 2004 ਦੇ ਵਿੱਚ ਬਿਲਕੁਲ ਬੰਦ ਹੋ ਗਈ ਸੀ ਦੋਵਾਂ ਅੱਖਾਂ ਦੀ। ਇੱਕ ਸਾਲ ਦੇ ਵਿੱਚ ਇੱਕ ਅੱਖ ਬੰਦ ਹੋਈ ਹੈ, ਦੂਜੇ ਸਾਲ ਦੇ ਵਿੱਚ ਦੂਜੀ ਅੱਖ ਬੰਦ ਹੋ ਗਈ। ਬਾਈ ਜੇ ਮੈਂ ਗੱਲ ਕਰਾਂ ਤਾਂ ਤੁਹਾਨੂੰ ਹੁਣ ਅੱਖਾਂ ਤੋਂ ਬਿਲਕੁਲ ਨਹੀਂ ਦਿਖਾਈ ਦਿੰਦਾ? ਨਹੀਂ, ਬਿਲਕੁਲ ਨਹੀਂ ਦਿਖਾਈ ਦਿੰਦਾ। ਮੈਂ ਗੱਲ ਕਰਾਂ ਜਗਸੀਰ ਵੀਰੇ, ਮੁਲਾਕਾਤ ਤੁਹਾਡੀ ਕਿਵੇਂ ਹੁੰਦੀ ਹੈ, ਕਿਉਂਕਿ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਸਾਨੂੰ ਇਹ ਸਮੱਸਿਆ ਹੈਗੀ ਹੈ, ਤਾਂ ਬੜੀਆਂ ਦਿੱਕਤਾਂ ਆਈਆਂ ਹੋਣਗੀਆਂ, ਇੱਕ ਦੂਜੇ ਨੂੰ ਮਿਲੇ ਕਿੱਦਾਂ ਤੁਸੀਂ? ਮੇਰੇ ਇੱਦਾਂ ਜੀ, ਅਸੀਂ ਰੇਡੀਓ ਸੁਣਦੇ ਹਾਂ ਦੋਨੇ, ਰੇਡੀਓ ਦੇ ਉੱਤੇ ਲਾਈਵ ਫੰਦਨ ਪ੍ਰੋਗਰਾਮ ਚੱਲਦਾ ਇੱਕ, ਅਤੇ ਉਹਦੇ ਵਿੱਚ ਕੌਲ ਲਾ ਕੇ ਆਪਣੀ ਫਰਮਾਇਸ਼ ਦਾ ਗਾਣਾ ਸੁਣ ਸਕਦੇ ਹਾਂ। ਅਤੇ 2014 ਦੇ ਵਿੱਚ ਇਹ ਵੀ ਕੌਲ ਲਾਉਂਦੇ ਹੁੰਦੇ ਸੀ ਰੇਡੀਓ 'ਤੇ, ਮੈਂ ਵੀ ਲਾਉਂਦਾ ਹੁੰਦਾ ਸੀਗਾ, ਅਤੇ ਉੱਥੋਂ ਫਿਰ ਮੈਨੂੰ ਇਹਨਾਂ ਦੀ ਆਵਾਜ਼ ਪਸੰਦ ਆਈ, ਫਿਰ ਮੈਂ ਇਹਨਾਂ ਨੂੰ ਲੱਭਣਾ ਸ਼ੁਰੂ ਕੀਤਾ। ਅਤੇ ਇਹ ਮੈਨੂੰ ਜੀ, ਮੈਂ ਇਹਨਾਂ ਨੂੰ 8 ਸਾਲ ਲੱਭਿਆ, ਪੂਰੇ 8 ਸਾਲਾਂ ਬਾਅਦ ਮਿਲੇ ਆ ਮੈਨੂੰ ਜਾ ਕੇ। 2014 ਤੋਂ ਲੱਭਣਾ ਸ਼ੁਰੂ ਕੀਤਾ
ਤੇ 2020 ਦੇ 2019 ਦੇ ਐਂਡ ਤੇ ਮਿਲਿਆ ਬਈ ਫਿਰ ਪਤਾ ਕਿਵੇਂ ਲੱਗਿਆ ਵੀ ਹੁਣ ਤੁਹਾਡੀ ਜਿਹੜੀ ਗੱਲ ਆ ਸ਼ਰਨ ਨਾਲ ਹੋਣ ਲੱਗ ਗਈ ਤੁਹਾਨੂੰ ਮਿਲ ਚੁੱਕੇ ਆ ਮੇਰੇ ਦੋਸਤ ਸੀ ਇੱਕ ਮੈਂ ਉਹਨਾਂ ਨੂੰ ਫੋਨ ਕੀਤਾ ਸੀ ਮੈਂ ਕਿਹਾ ਇੱਦਾਂ ਇੱਕ ਕੁੜੀ ਸ਼ਰਨ ਰੇਡੀਓ ਤੇ ਕਾਲ ਲਗਾਉਂਦੇ ਆ ਤੇ ਮੈਂ ਕਿਹਾ ਵੀ ਉਹਨਾਂ ਨਾਲ ਗੱਲਬਾਤ ਕਰਨੀ ਆ ਤੇ ਉਹਨਾਂ ਨੇ ਗਾਂ ਆਪਣੇ ਦੋਸਤ ਕੋਲੇ ਕੀਤੀ ਤੇ ਫਿਰ ਸਾਡੇ ਇੱਕ ਹਰਵਿੰਦਰ ਰੂਪ ਰਾਏ ਜੀ ਨੇ ਉਹਨਾਂ ਕੋਲੇ ਗਈ ਕਾਲ ਤੇ ਉਹਨਾਂ ਨੇ ਮੁੜ ਕੇ ਇਹਨਾਂ ਤੋਂ ਨੰਬਰ ਲਿਆ ਸ਼ਰਨ ਤੋਂ ਇਹਨਾਂ ਤੋਂ ਨੰਬਰ ਲੈ ਕੇ ਤੇ ਫਿਰ ਇਹਨਾਂ ਨਾਲ ਗੱਲ ਕਰਾਈ ਮੇਰੀ ਹਾਂਜੀ ਫਿਰ ਸਾਡੀ ਗੱਲ ਹੋਣ ਲੱਗ ਗਈ ਸੀ ਜਿਹੜੀ ਜਦੋਂ ਪਹਿਲੀ ਤੁਹਾਡੀ ਗੱਲਬਾਤ ਹੋਈ ਜਦੋਂ ਫੋਨ ਦੇ ਉੱਤੇ ਬਾਈ ਦੱਸਿਆ ਕਿ ਰੇਡੀਓ ਤੁਸੀਂ ਸੁਣਦੇ ਸੀਗੇ ਜਦੋਂ ਗੱਲਾਂ ਬਾਤਾਂ ਫੋਨ ਦੇ ਉੱਪਰ ਹੋਣ ਲੱਗ ਗਈਆਂ ਕਿਵੇਂ ਫਿਰ ਮਹਿਸੂਸ ਹੁੰਦਾ ਸੀਗਾ ਵੀ ਕੋਈ ਹੈਗਾ ਮੇਰੀ ਫਿਕਰ ਕਰਨ ਵਾਲਾ ਵੀਰੇ ਪਹਿਲਾਂ ਤਾਂ ਹੈ ਨਾ ਇਹ ਮੈਨੂੰ ਨਹੀਂ ਸੀ ਪਤਾ ਕਿ ਮੈਨੂੰ ਪਿਛਲੇ 8 ਸਾਲ ਤੋਂ ਲੱਭਦੇ ਪਏ ਆ ਮੇਰੇ ਘਰ ਤਾਂ ਵਿਚੋਲਾ ਹੀ ਆਇਆ ਸੀਗਾ ਤੁਹਾਨੂੰ ਸੱਚ ਦੱਸਾਂ ਅਤੇ ਵਿਚੋਲਾ ਕਹਿੰਦਾ ਕਿ ਤੇਰੇ ਲਈ ਰਿਸ਼ਤਾ ਆ ਇੱਕ ਅਤੇ ਵੀ ਮਤਲਬ ਕਰਵਾਉਣਾ ਜਦੋਂ ਫਿਰ ਵਿਚੋਲਾ ਤੁਹਾਡੇ ਘਰ ਆਉਂਦਾ ਰਿਸ਼ਤਾ ਲੈ ਕੇ ਬਾਈ ਦਾ ਉਦੋਂ ਫਿਰ ਕੀ ਗੱਲਬਾਤ ਹੁੰਦੀ ਹੈ ਮੇਰੇ ਘਰਦਿਆਂ ਤਾਂ ਮਨਾ ਹੀ ਕਰਦਾ ਸੀ ਵਿਚੋਲਾ ਮੈਨੂੰ ਫੋਨ 'ਤੇ ਗੱਲ ਕਰਦਾ ਰਿਹਾ ਕਿਉਂਕਿ ਉਹ ਫੀਮੇਲ ਵਿਚੋਲਨ ਸੀ ਅਤੇ ਉਸ ਤੋਂ ਬਾਅਦ ਨਾ ਕਹਿੰਦੀ ਤੂੰ ਰਿਸ਼ਤੇ ਲਈ ਪਾਉਂਦੀ ਕਾਹਤੋਂ ਨਹੀਂ ਆਪਣੀ ਫੋਟੋ ਕਾਹਤੋਂ ਨਹੀਂ ਪਾਉਂਦੀ ਮੈਂ ਕਿਹਾ ਜਦੋਂ ਮੇਰੇ ਘਰਦਿਆਂ ਨੇ ਮਨਾ ਕਰਤਾ ਫਿਰ ਕੀ ਹੈ ਨਾ ਅਤੇ ਫਿਰ ਨਾ ਮੈਂ ਕਿਹਾ ਚੱਲ ਠੀਕ ਆ ਉਹ ਵਿਚੋਲਨ ਨੰਬਰ ਦੇ ਨਹੀਂ ਸੀ ਰਹੀ ਤਾਂ ਬਾਅਦ 'ਚੋਂ ਨਾ ਅਸੀਂ ਪਿੱਕ ਪਾਤੀ ਆਪਣੀ ਵਿਚੋਲਨ ਨੂੰ ਅਤੇ ਉਹਨਾਂ ਨੇ ਨਾ ਇਹਦੇ ਤੱਕ ਪਿੱਕ ਭੇਜੀ ਮੇਰੀ ਕਹਿੰਦੀ ਤੂੰ ਉਸ ਰਿਸ਼ਤੇ ਨੂੰ ਜਵਾਬ ਹੀ ਦੇ ਤਾਂ ਵਧੀਆ ਆ ਕਿ ਤੂੰ ਜ਼ਿਆਦਾ ਸੋਹਣਾ ਆ ਤੇਰੇ ਰਿਸ਼ਤਾ ਮੈਂ ਹੋਰ ਦੇਖ ਲੈਂਦੀ ਹਾਂ ਅਤੇ ਕਹਿੰਦੇ ਨਹੀਂ ਮੈਂ ਕਰਵਾਉਣਾ ਅਤੇ ਉੱਥੇ ਹੀ ਕਰਵਾਉਣਾ ਅਤੇ ਵਿਚੋਲੇ ਨੂੰ ਕਹਿਤਾ ਠੀਕ ਆ ਮੈਂ ਆਪਣੇ ਘਰ ਸਲਾਹ ਕਰਕੇ ਦੱਸੂੰਗਾ ਕਿਉਂਕਿ ਇਹ ਸ਼ੁਰੂ ਤੋਂ ਆਪਣੀ ਮਾਸੀ ਕੋਲ ਰਹੇ ਸੀ ਛੋਟੇ ਹੁੰਦੇ ਤੋਂ ਹੀ ਉਹਨਾਂ ਨੇ ਵੀ ਇਸ ਰਿਸ਼ਤੇ ਨੂੰ ਨਾਂਹ ਕਰਤੀ ਸੀ ਅਤੇ ਬਾਅਦ ਵਿੱਚ ਮਹੀਨਾ ਕੁ ਨਾਂਹ ਕੀਤੀ ਬਾਅਦ 'ਚੋਂ ਮੰਨ ਗਏ ਸੀਗੇ ਫਿਰ ਰਿਸ਼ਤੇਦਾਰ ਨਹੀਂ ਸੀ ਮੰਨਦੇ ਰਿਸ਼ਤੇਦਾਰ ਨਹੀਂ ਸੀ ਮੰਨਦੇ ਤਾਂ ਬਾਅਦ ਵਿੱਚ ਰਿਸ਼ਤੇਦਾਰਾਂ ਤੋਂ ਬਾਹਰ ਹੋ ਕੇ ਜੇ ਰਿਸ਼ਤਾ ਹੋਇਆ ਹੀ ਹੋਇਆ ਮੈਂ ਇਹਦੇ ਨਾਲ ਗੱਲ ਕਰਨਾ ਚਾਹੁੰਦੀ ਸੀ ਫਿਰ ਮੈਨੂੰ ਇਹਨਾਂ ਦਾ ਨੰਬਰ ਨਹੀਂ ਸੀ ਲੱਭਦਾ ਫਿਰ ਜਿਹੜੇ ਅੰਕਲ ਦੀ ਗੱਲ ਕਰ ਰਹੇ ਆ ਉਹਨਾਂ ਨੇ ਗਾਹ ਤੋਂ ਗਾਹ ਨੰਬਰ ਲੱਭਿਆ ਫਿਰ ਮੈਨੂੰ ਦਿੱਤਾ ਫਿਰ ਇਹਨਾਂ ਨਾਲ ਮੈਂ ਗੱਲ ਕੀਤੀ ਤਾਂ ਮੈਂ ਕਾਲ ਕੀਤੀ ਤਾਂ ਮੈਂ ਕਿਹਾ ਅੰਕਲ ਮੈਂ ਕਾਨਫਰੰਸ 'ਚ ਗੱਲ ਕਰਨੀ ਮੈਨੂੰ ਡਰ ਲੱਗਦਾ ਇੱਦਾਂ ਮੈਂ ਗੱਲ ਨਹੀਂ ਕਰਨੀ ਜਦੋਂ ਮੈਂ ਕਾਲ ਕੀਤੀ ਕਹਿੰਦਾ ਹੈਲੋ ਸ਼ਰਨ ਕਿੱਦਾਂ ਮੈਂ ਕਿਹਾ ਤੁਸੀਂ ਮੈਨੂੰ ਕਿੱਦਾਂ ਜਾਣਦੇ ਮੇਰਾ ਨੰਬਰ ਸੇਵ ਆ ਤੁਹਾਡੇ ਕੋਲ ਕਹਿੰਦਾ ਮੈਂ ਤਾਂ ਤੇਰੀ ਆਵਾਜ਼ ਦਾ ਹੀ ਪਛਾਣ ਲਿਆ ਨਹੀਂ ਜੇ ਮੈਂ ਗੱਲ ਕਰਾਂ ਤਾਂ ਜਿਵੇਂ ਤੁਸੀਂ ਆਪ ਦੱਸਿਆ ਕਿ ਤੁਹਾਨੂੰ ਅੱਖਾਂ ਤੋਂ ਦਿਖਾਈ ਨਹੀਂ ਦਿੰਦਾ ਹੈ ਨਾ ਨਾ ਵੀਰੇ ਨੂੰ ਦਿੰਦਾ ਨਾ ਤੁਹਾਨੂੰ ਦਿੰਦਾ ਕਿੰਨੀਆਂ ਕੁ ਮੁਸ਼ਕਲਾਂ ਆਉਂਦੀਆਂ ਫਿਰ ਜਿਹੜੀ ਤੁਹਾਡੀ ਹੁਣ ਦੀ ਲਾਈਫ ਹੈਗੀ ਉਹਦੇ ਵਿੱਚ ਮੁਸ਼ਕਲਾਂ ਕੁਛ ਹੱਦ ਤੱਕ ਆਉਂਦੀਆਂ ਵੀ ਆਪਾਂ ਕਹਿ ਲਓ 50% ਆਉਂਦੀਆਂ ਵੀ ਪਰਮਾਤਮਾ ਚਲੋ ਇਸ ਬਾਣੀ ਨੂੰ ਮੰਨਣਾ ਪੈਣਾ ਪਰ ਮੁਸ਼ਕਲਾਂ ਤਾਂ ਬਹੁਤ ਆਉਂਦੀਆਂ ਪਰ ਹੁਣ ਕਰ ਵੀ ਕੀ ਸਕਦੇ ਹਾਂ ਨਾ ਪਰ ਅਸੀਂ ਜ਼ਿੰਦਗੀ ਤੋਂ ਹਾਰਦੇ ਨਹੀਂ ਫਿਰ ਵੀ ਉਹਦੇ ਨਾਲ ਸੰਘਰਸ਼ ਕਰੀਦਾ ਪੂਰਾ ਜੀ ਭੈਣੇ ਹੁਣ ਜਿਵੇਂ ਤੁਸੀਂ ਆਪਾਂ ਗੱਲ ਕਰ ਲਈਏ ਵੀ ਮੈਰਿਜ ਲਾਈਫ ਆ ਤੁਹਾਡੀ ਅਤੇ ਘਰ ਦੇ ਵਿੱਚ ਖਾਣਾ ਵੀ ਬਣਾਉਣਾ ਹੁੰਦਾ ਕੱਪੜੇ ਵੀ ਧੋਣੇ ਹੁੰਦੇ ਆ 100 ਮੰਨ ਲਓ ਘਰ ਦੇ ਕੰਮ ਹੁੰਦੇ ਫਿਰ ਉਹ ਕੰਮ ਨੂੰ ਕਰਨ ਦੇ ਵਿੱਚ ਕਿੰਨੀਆਂ ਕੁ ਮੁਸ਼ਕਲਾਂ ਆਉਂਦੀਆਂ ਵੀਰੇ ਕੰਮ ਕਰਨ 'ਚ ਤਾਂ ਕੋਈ ਨਹੀਂ ਮੁਸ਼ਕਿਲ ਆਉਂਦੀ ਜਿੱਦਾਂ ਹੁਣ ਜਾਣਾ ਹੁੰਦਾ ਕੱਪੜੇ ਪ੍ਰੈਸ ਕਰਨੇ ਮੈਚਿੰਗ ਕਰਨੇ ਉੱਥੇ ਪ੍ਰੋਬਲਮ ਆ ਜਾਂਦੀ ਜਿੱਦਾਂ ਹੁਣ ਧੋਤੇ ਹੁੰਦੇ ਆ ਨਾਲ ਜੋੜੀ ਮਿਲਾ ਕੇ ਰੱਖਣੇ ਹੁੰਦੇ ਆ ਉੱਥੇ ਪ੍ਰੋਬਲਮ ਆਉਂਦੀ ਆ ਜਾਂ ਰੋਡ 'ਤੇ ਜਾ ਰਹੇ ਹੁੰਦੇ ਆ ਸੜਕ ਕ੍ਰੋਸ ਕਰਨੀ ਉੱਥੇ ਪ੍ਰੋਬਲਮ ਆਉਂਦੀ ਆ ਹੋਰ ਜ਼ਿਆਦਾਤਰ ਵੀਰੇ ਨਹੀਂ ਪ੍ਰੋਬਲਮ ਆਉਂਦੀ ਕਿਉਂਕਿ ਸੜਕ ਕ੍ਰੋਸ ਕਰਨ ਵੇਲੇ ਕੋਈ ਹੈਲਪ ਮਿਲ ਜਾਂਦੀ ਆ ਆਪਣੀ ਕੋਈ ਭੈਣ ਹੱਥ ਫੜ ਲੈਂਦੀ ਆ ਮੇਰਾ ਜੇ ਕੋਈ ਬਾਈ ਮਿਲ ਜਾਂਦਾ ਇਹਨਾਂ ਦਾ ਹੱਥ ਫੜ ਲੈਂਦਾ ਸੜਕ ਕ੍ਰੋਸ ਕਰਾ ਦਿੰਦੀ ਆ ਜੀ ਜਗਸੀਰ ਬਾਈ ਜੇ ਮੈਂ ਗੱਲ ਕਰਾਂ ਕਿਉਂਕਿ ਅੱਜ ਕੱਲ੍ਹ ਜਿਹੜੇ ਬਹੁਤ ਸਾਰੇ ਰਿਸ਼ਤੇਦਾਰ ਹੁੰਦੇ ਆ ਹੈ ਨਾ ਜਿਹੜੇ ਨਾ ਖੁਸ਼ ਹੁੰਦੇ ਆ ਕੋਈ ਇੱਦਾਂ ਦੇ ਕੋਈ ਰਿਸ਼ਤੇਦਾਰ ਹੋਵੇ ਦੋਸਤ ਹੋਵੇ ਜਿਹਨਾਂ ਨੇ ਤੁਹਾਨੂੰ ਕਿਹਾ ਹੋਵੇ ਯਾਰ ਜਗਸੀਰ ਤੂੰ ਤਾਂ ਵਧੀਆ ਹੈਗਾ ਚੱਲ ਤੈਨੂੰ ਦਿਖਾਈ ਨਹੀਂ ਦਿੰਦਾ ਕੋਈ ਚੱਕਰ ਨਹੀਂ ਤੈਨੂੰ ਤਾਂ ਹੋਰ ਵਧੀਆ ਕੁੜੀ ਮਿਲ ਜੂਗੀ ਇੱਦਾਂ ਦੀਆਂ ਗੱਲਾਂ ਸੁਣਨ ਨੂੰ ਮਿਲੀਆਂ ਚਲੋ ਵੇਖੋ ਭਾਈ ਆਪਾਂ ਭਾਵੇਂ ਸ਼ੁਰੂ ਤੋਂ ਮੈਂ ਆਪਣੇ ਮੰਮਾ ਦੀ ਡੈਥ ਹੋਈ ਸੀ ਮਾਸੀ ਜੀ ਕੋਲ ਰਿਹਾ ਕਿਉਂਕਿ ਉਹਨਾਂ ਨੂੰ ਮਾਂ ਪਿਓ ਮੰਨਿਆ ਕਿਉਂਕਿ ਕੋਈ ਘਰਦਿਆਂ ਦਾ ਵੀ ਕੁਛ ਫੈਸਲਾ ਹੁੰਦਾ ਵੀ ਅਸੀਂ ਆਪਦੀ ਵਧੀਆ ਦੇਖ ਕੇ ਕਰੀਏ ਹੁੰਦਾ ਫੈਸਲਾ ਪਰ ਉਹਨਾਂ ਨੇ ਇਹਨਾਂ ਨੂੰ ਦੇਖਿਆ ਨਹੀਂ ਸੀਗਾ ਮੇਰੇ ਮੰਮੀ ਮਾਸੀ ਮਾਸਟਰ ਜੀ ਨੇ ਉਹਨਾਂ ਨੇ ਦੇਖਿਆ ਨਹੀਂ ਸੀਗਾ ਕਹਿੰਦੇ ਕੁੜੀ ਵੀ ਕਿੱਦਾਂ ਦੀ ਜਾਂ ਕਿੱਦਾਂ ਦੀ ਨਹੀਂ ਬਾਅਦ 'ਚ ਜਦੋਂ ਫੋਟੋ ਦਿਖਾਈ ਉਹਨਾਂ ਨੇ ਫੇਸ ਵੇਖ ਕੇ ਕਿਹਾ ਸੀਗਾ ਵੀ ਇੱਥੇ ਨਹੀਂ ਕਰਨਾ ਤੇਰਾ ਨੋਰਮਲ ਕੁੜੀ ਨਾਲ ਵਿਆਹ ਕਰਾਂਗੇ ਅਤੇ ਮੈਂ ਕਿਹਾ ਵੀ ਨੋਰਮਲ ਨਾਲ ਮੈਂ ਵਿਆਹ ਨਹੀਂ ਕਰਾਉਣਾ ਮੈਂ ਬਲੈਂਡ ਲੜਕੀ ਨਾਲ ਹੀ ਕਰਾਉਣਾ ਕਿਉਂਕਿ ਨੋਰਮਲ ਨਹੀਂ ਸਮਝੇਗੀ ਮੈਨੂੰ ਇੱਕ ਬਲੈਂਡ ਹੀ ਬਲੈਂਡ ਦਾ ਦੁੱਖ ਸਮਝਦੇ ਆ ਅਤੇ ਬਾਕੀ ਹੋਰ ਕੋਈ ਨਹੀਂ ਕਰਦਾ ਸੀਗਾ ਇੱਦਾਂ
ਗੱਲ ਹੋਣ ਲੱਗ ਪਈ ਆ ਮੇਰੀ ਇਹਨਾਂ ਦੀ ਰਿਸ਼ਤੇਦਾਰੀ 'ਚ, ਕਿਉਂਕਿ ਮੇਰੇ ਰਿਸ਼ਤੇਦਾਰ 'ਚ ਤਾਂ ਕੋਈ ਪ੍ਰੋਬਲਮ ਹੀ ਨਹੀਂ ਸੀ ਨਾ। ਹੁਣ ਸਾਰੇ ਕਹਿੰਦੇ ਆ ਕਿ ਜਦੋਂ ਮੇਰੇ ਨਾਲ ਗੱਲ ਕਰਦੇ ਆ ਕਿ ਜਗਸੀਰ ਤੂੰ ਸਹੀ ਡਿਸੀਜਨ ਲਿਆ। ਹਾਂਜੀ ਹੁਣ ਰਿਸ਼ਤੇਦਾਰ ਸਹੀ ਨੇ ਸਾਰੇ ਵਧੀਆ, ਚਲੋ ਉਹਨਾਂ ਦਾ ਵੀ ਧੰਨਵਾਦ, ਉਹਨਾਂ ਦੇ ਨਾਲ ਸਾਡਾ ਮੇਲ ਹੋ ਗਿਆ ਅਤੇ ਵਧੀਆ ਮਿਲਦੇ ਵਰਤਦੇ ਆ, ਵਧੀਆ ਖੁਸ਼ ਨੇ ਸਾਰੇ। ਅੱਛਾ ਸੀ ਕਿ ਮੇਰੇ ਕੋਰਸ ਕੀਤੇ ਹੋਏ ਨੇ, ਕਿਹੜੇ ਕਿਹੜੇ ਕੋਰਸ ਕੀਤੇ ਹੋਏ ਆ ਤੁਸੀਂ? ਕੋਰਸ ਤਾਂ ਮੈਂ ਸਿਰਫ ਸਿਲਾਈ ਦਾ ਅਤੇ ਕਢਾਈ ਦਾ, ਅਤੇ ਇੱਕ ਮੈਂ ਬਲਾਈਂਡ ਹੋਮ ਕੁਕਿੰਗ ਕੋਰਸ ਕੀਤਾ ਸੀ, ਜਿਹਦੇ ਤੋਂ ਆਪਾਂ ਨੂੰ ਜਿਹੜੀ ਚੀਜ਼ ਬਣਾਉਂਦੇ ਹਾਂ ਆਪਾਂ ਘਰ 'ਚ ਉਹ ਸਮੈਲ ਤੋਂ ਪਤਾ ਲੱਗ ਜਾਂਦਾ ਕਿ ਇਹ ਚੀਜ਼ ਕੱਚੀ ਆ ਕਿ ਪੱਕੀ ਆ। ਜੀ ਬਾਈ ਜਗਸੀਰ ਵੀਰੇ, ਜੇ ਮੈਂ ਗੱਲ ਕਰਾਂ ਹੁਣ ਤੁਹਾਡੀ ਜਿਹੜੀ ਮੈਰਿਜ ਲਾਈਫ ਆ, ਕਿੰਨੇ ਖੁਸ਼ ਹੈਗੇ ਆ ਤੁਸੀਂ ਇੱਕ ਦੂਜੇ ਨਾਲ? ਬਹੁਤ ਖੁਸ਼ ਹਾਂ, ਬਹੁਤ ਵਧੀਆ ਸਾਡੀ ਜ਼ਿੰਦਗੀ ਨਿਭ ਰਹੀ ਹੈ, ਬਹੁਤ ਰਲ ਮਿਲ ਕੇ ਰਹਿੰਦੇ ਹਾਂ ਅਸੀਂ, ਬਹੁਤ ਖੁਸ਼ ਹਾਂ ਆਪਦੀ ਜ਼ਿੰਦਗੀ ਤੋਂ। ਮਾੜੀ ਮੋਟੀ ਨੋਕ ਝੋਕ ਮਿਲਦੀ ਹੈ, ਨੋਕ ਝੋਕ ਹੁੰਦੀ ਰਹਿੰਦੀ ਹੈ, ਤੇ ਪਰ ਜ਼ਿਆਦਾ ਨਹੀਂ ਗੁੱਸੇ ਵਾਲੀ ਲੜਾਈ ਤੋਂ, ਨੋਕ ਝੋਕ ਮਾੜੀ ਮੋਟੀ ਤਾਂ ਹੁੰਦੀ ਰਹਿੰਦੀ ਹੈ ਗੁੱਸੇ ਦੀ। ਜਦੋਂ ਤੁਸੀਂ ਹੁਣ ਮੰਨ ਲਓ ਆਪਦੇ ਪੇਕੇ ਜਾਂਦੇ ਆ ਕਦੇ, ਤਾਂ ਤੁਹਾਡੀਆਂ ਸਹੇਲੀਆਂ ਵੀ ਹੋਣਗੀਆਂ, ਤੁਹਾਡੀਆਂ ਭੈਣਾਂ ਵੀ ਹੋਣਗੀਆਂ, ਤੁਹਾਨੂੰ ਕਹਿੰਦੀਆਂ ਨੀ ਕਿ ਬਾਈ ਤਾਂ ਤੇਰੇ ਨਾਲੋਂ ਜ਼ਿਆਦਾ ਸੋਹਣਾ? ਸਾਰੇ ਕਹਿ ਦਿੰਦੇ ਆ, ਮੇਰੀਆਂ ਫਰੈਂਡ ਤਾਂ ਹੁਣ ਮੈਨੂੰ ਵਿਆਹ ਤੋਂ ਬਾਅਦ ਨਹੀਂ ਮਿਲੀਆਂ, ਮੇਰੀਆਂ ਤਾਏ ਚਾਚੇ ਦੀਆਂ ਕੁੜੀਆਂ ਸਾਰੀਆਂ ਕਹਿ ਦਿੰਦੀਆਂ ਵੀ ਪਰਸਨੈਲਿਟੀ ਦਾ ਵੀ ਤੇਰੇ ਨਾਲੋਂ ਕਿਤੇ ਜ਼ਿਆਦਾ ਸੋਹਣਾ ਆ। ਫਿਰ ਕਿੰਨਾ ਕੁ ਮਾਣ ਮਹਿਸੂਸ ਹੁੰਦਾ ਵੀ ਰੱਬ ਨੇ ਮੇਰੀ ਵੱਲੋਂ ਵਧੀਆ ਸੁਣ ਲਈ, ਹੈ ਨਾ? ਬਹੁਤ ਜ਼ਿਆਦਾ ਮਾਣ ਮਹਿਸੂਸ ਹੁੰਦਾ। ਜ਼ਿੰਦਗੀ ਦੇ ਵਿੱਚ ਸੁਪਨਾ ਕੀ ਸੀਗਾ ਵੀ ਅੱਗੇ ਜਾ ਕੇ ਕਿੱਦਾਂ ਦੀ ਲਾਈਫ ਹੋਵੇ, ਉਦਾਂ ਦੀ ਅੱਜ ਹੈਗੀ ਹੈ? ਮੇਰਾ ਸੁਪਨਾ ਬਸ ਮੇਰਾ ਸ਼ੁਰੂ ਤੋਂ ਇੱਕੋ ਸੁਪਨਾ ਸੀ, ਪਹਿਲੀ ਗੱਲ ਤਾਂ ਮੈਂ ਮੈਰਿਜ ਕਰਵਾਉਣਾ ਨਹੀਂ ਸੀ ਚਾਹੁੰਦੀ, ਮੇਰਾ ਫਿਰ ਸੀ ਜੇ ਮੈਂ ਕਰਵਾਵਾਂ ਵੀ, ਹੈ ਨਾ, ਵੀ ਮੈਨੂੰ ਸਮਝਣ ਵਾਲਾ ਹੋਵੇ, ਮੇਰੇ ਜਜ਼ਬਾਤਾਂ ਨੂੰ ਸਮਝੇ, ਮੇਰੀਆਂ ਭਾਵਨਾਵਾਂ ਨੂੰ ਸਮਝੇ ਔਰ ਦਿਲੋਂ ਪਿਆਰ ਕਰੇ, ਭਾਵੇਂ ਗਰੀਬ ਹੋਵੇ, 10 ਰੁਪਏ ਰੋਜ਼ ਦੇ ਲਿਆਵੇ ਫਿਰ ਵੀ ਮਹੀਨੇ ਦਾ 300 ਬਣ ਜਾਂਦਾ, 300 ਫਿਰ, ਪਰ ਨਹੀਂ ਸਾਰੇ ਗੱਲੋਂ ਠੀਕ ਆ। ਮੈਂ ਗੱਲ ਕਰਾਂ ਤਾਂ ਤੁਸੀਂ ਕਹਿੰਦੇ ਵੀ ਅਸੀਂ ਲਾਈਫ ਦੇ ਵਿੱਚ ਬਹੁਤ ਖੁਸ਼ ਹਾਂ, ਕਈ ਲੋਕ ਨਾ ਹੈਗੇ ਆ, ਕਈ ਲੋਕ ਜਿਹੜੇ ਮਤਲਬ ਤੰਦਰੁਸਤ ਵੀ ਨੇ, ਸਹੀ ਸਲਾਮਤ ਵੀ ਨੇ, ਫਿਰ ਵੀ ਉਹਨਾਂ ਦੇ ਘਰ ਕਲੇਸ਼ ਹੁੰਦਾ, ਫਿਰ ਵੀ ਰੋਜ਼ ਰੋਜ਼ਾਨਾ ਲੜਾਈ ਹੁੰਦੀ ਹੈ, ਕੀ ਸੁਨੇਹਾ ਜਾਂਦਾ ਇਹੋ ਜਿਹੇ ਲੋਕਾਂ ਨੂੰ? ਮੈਂ ਤਾਂ ਸਿਰਫ ਇਹੀ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਪਹਿਲਾਂ ਆਪਸ ਵਿੱਚ ਬਹਿ ਕੇ ਜੋ ਮਿਸਅੰਡਰਸਟੈਂਡਿੰਗ ਆ ਉਹਨੂੰ ਬਹਿ ਕੇ ਸੋਲਵ ਕਰੋ, ਤਾਂ ਜੇ ਜ਼ਿਆਦਾ ਤੁਸੀਂ ਕਿਸੇ ਪਰੇਸ਼ਾਨੀ 'ਚੋਂ ਤਾਂ ਮਿਊਜ਼ਿਕ ਸੁਣੋ, ਮਿਊਜ਼ਿਕ ਕਿੱਦਾਂ ਦਾ ਮਾਧਿਅਮ ਆ ਜੋ ਤੁਹਾਡੇ ਗੁੱਸੇ ਨੂੰ ਵੀ ਕੰਟਰੋਲ ਕਰਦਾ ਔਰ ਤੁਹਾਡੇ ਦਿਲ ਨੂੰ ਵੀ ਸ਼ਾਂਤ ਕਰਦਾ ਅਤੇ ਹਸਬੈਂਡ ਵਾਈਫ 'ਚ ਪਿਆਰ ਵੀ ਬਣਾ ਕੇ ਰੱਖਦਾ। ਭੈਣੇ ਜੇ ਮੈਂ ਗੱਲ ਕਰਾਂ, ਡਾਕਟਰਾਂ ਦੇ ਕੋਲ ਤੁਸੀਂ ਗਏ ਹੋਵੋਗੇ, ਅੱਜ ਵੀ ਜਾਂਦੇ ਹੋਵੋਗੇ, ਕੀ ਕਹਿੰਦੇ ਡਾਕਟਰ ਤੁਹਾਨੂੰ ਵੀ ਤੁਹਾਡੇ ਨਿਗਾਹ ਕਦੇ ਵਾਪਸ ਨਹੀਂ ਆ ਸਕਦੀ ਜਾਂ ਕੋਈ ਹੱਲ ਹੋ ਸਕਦਾ? ਡਾਕਟਰ ਤਾਂ ਮੈਨੂੰ ਇਹੀ ਕਹਿੰਦੇ ਆ ਕਿ ਮੇਰੀ ਇੱਕ ਅੱਖ ਦੀ ਨਿਗਾਹ ਆ ਸਕਦੀ ਆ, ਜੇ ਕੋਈ ਅੱਖ ਡੋਨੇਟ ਦੇ ਦੇਵੇ ਜਾਂ ਕਿਸੇ ਗੱਲੋਂ ਕੋਈ ਹੈਲਪ ਮਿਲ ਜਾਵੇ। ਸੀਰ ਬਾਈ ਵੀ ਖੜੇ ਆ, ਜਗਸੀਰ ਵੀਰ ਜੇ ਤੁਸੀਂ ਡਾਕਟਰਾਂ ਨੂੰ ਚੈੱਕਅਪ ਕਰਾਇਆ ਤੁਹਾਨੂੰ ਕੀ ਕਿਹਾ? ਭਾਅ ਜੀ ਇਹੀ ਕਿਹਾ ਵੀ ਤੁਹਾਡੀ ਨਿਗਾਹ ਨਹੀਂ ਆ ਸਕਦੀ, ਤੁਹਾਡੇ ਅੱਖਾਂ ਦੇ ਪਰਦੇ ਆ ਜਿਹੜੇ ਬਿਲਕੁਲ ਗਲ ਚੁੱਕੇ ਆ, ਕਿਉਂਕਿ ਮੇਰੇ ਪਰਦੇ ਸੀਗੇ ਜਮਾਂਦਰੂ ਕਮਜ਼ੋਰ, ਮੈਂ ਵੈਲਡਿੰਗ ਖਰਾਬ ਦਾ ਕੰਮ ਕਰਨ ਲੱਗ ਗਿਆ ਸੀਗਾ ਅਤੇ ਉਹ ਲੋ ਦੇ ਨਾਲ ਹੋਰ ਪਰਦੇ ਸੁੱਕ ਗਏ ਆ, ਗਲ ਗਏ ਆ, ਹੁਣ ਮੇਰੀ ਨਿਗਾਹ ਨਹੀਂ ਆ ਸਕਦੀ। ਭਾਈ ਜਿਹੜੇ ਲੋਕ ਤੁਹਾਡੀ ਜੋੜੀ ਨੂੰ ਦੇਖ ਰਹੇ ਆ ਇਸ ਟਾਈਮ, ਅਤੇ ਕੀ ਸੁਨੇਹਾ ਜਾਂਦਾ? ਅਸੀਂ ਤਾਂ ਸਾਰਿਆਂ ਨੂੰ ਇਹੀ ਕਹਿੰਦੇ ਹਾਂ ਵੀ ਸਾਰੇ ਰਲ ਮਿਲ ਕੇ ਰਹੋ, ਵਧੀਆ ਰਹੋ, ਬਾਕੀ ਹੋਰ ਵੀ ਜੋੜੇ ਬਹੁਤ ਨੇ ਇੱਦਾਂ ਦੇ ਬਲਾਈਂਡ। ਇੱਕ ਵਾਰ ਫਿਰ ਮੈਂ ਉਹੀ ਗੱਲ ਕਹੂੰਗਾ, ਕਹਿੰਦੇ ਜੋੜੀਆਂ ਰੱਬ ਬਣਾਉਂਦਾ ਅਤੇ ਰੱਬ ਦੀ ਬਣਾਈ ਹੋਈ ਅੱਜ ਜੋੜੀ ਮੇਰੇ ਨਾਲ ਮੌਜੂਦ ਹੈ, ਜਗਸੀਰ ਬਾਈ, ਭੈਣ ਸ਼ਰਨ ਕੌਰ, ਉਹਨਾਂ ਦੇ ਅੱਜ ਅਸੀਂ ਘਰ ਦੇ ਵਿੱਚ ਖੜ੍ਹੇ ਹਾਂ। ਰੇਡੀਓ 'ਤੇ ਕਿਸ ਟਾਈਮ ਗਾਣੇ ਸੁਣਿਆ ਕਰਦੇ ਸੀ, ਉਦੋਂ ਗਾਣਿਆਂ ਦੇ ਜ਼ਰੀਏ ਇਹਨਾਂ ਦੀ ਮੁਲਾਕਾਤ ਹੁੰਦੀ ਹੈ, ਹੌਲੀ ਹੌਲੀ ਇੱਕ ਦੂਜੇ ਨਾਲ ਗੱਲਬਾਤ ਹੋਣ ਲੱਗਦੀ ਹੈ, ਉਹ ਗੱਲਬਾਤ ਫਿਰ ਪਿਆਰ ਦੇ ਵਿੱਚ ਬਦਲਦੀ ਹੈ, ਬਹੁਤ ਸਾਰੀਆਂ ਦਿੱਕਤ ਆਈਆਂ ਲਾਈਫ ਦੇ ਵਿੱਚ, ਫਿਰ ਵਿਆਹ ਹੋ ਜਾਂਦਾ ਅਤੇ ਅੱਜ ਇੱਕ ਖੁਸ਼ੀਆਂ ਭਰਿਆ ਜੀਵਨ ਆ ਜਿਹੜਾ ਉਹ ਬਤੀਤ ਕਰ ਰਹੇ ਆ। ਮਿਸਾਲ ਉਹ ਲੋਕਾਂ ਦੇ ਲਈ ਹੈ ਜਿਹੜੇ ਸਭ ਕੁਝ ਸੈੱਟ ਨੇ, ਸਭ ਕੁਝ ਠੀਕ ਠਾਕ ਹੈ, ਸਭ ਫਿਰ ਵੀ ਕਿਸੇ ਨਾ ਕਿਸੇ ਵਜ੍ਹਾ ਕਰਕੇ ਘਰ ਦੇ ਵਿੱਚ ਕਲੇਸ਼ ਰਹਿੰਦਾ, ਪਿਆਰ ਨਹੀਂ ਹੈ, ਉਹ ਲੋਕਾਂ ਲਈ ਵੱਖਰੀ ਮਿਸਾਲ ਹੈ ਵੀ ਪਿਆਰ ਰੂਹਾਂ ਦੇ ਨਾਲ ਹੁੰਦਾ, ਚਿਹਰਿਆਂ ਦੇ ਨਾਲ, ਸ਼ਕਲਾਂ ਦੇ ਨਾਲ ਕਦੇ ਵੀ ਪਿਆਰ ਜਿਹੜਾ ਉਹ ਨਹੀਂ ਹੁੰਦਾ, ਅਤੇ ਵਾਕਈ ਅੱਜ ਇਹਨਾਂ ਦਾ ਪਿਆਰ ਵੀ ਨਿਭਦਾ ਹੋਇਆ ਦਿਖਾਈ ਦੇ ਰਿਹਾ ਅਤੇ ਇੱਕ ਵੱਖਰੀ ਮਿਸਾਲ ਵੀ ਲੋਕਾਂ ਸਾਹਮਣੇ ਪੇਸ਼ ਕਰ ਰਹੇ। ਤੁਸੀਂ ਮੇਰੇ ਨਾਲ ਜੁੜੇ ਹੋ ਦਾ ਸਿਟੀ ਹੈਡਲਾਈਨਸ ਦੇਖ ਰਹੇ ਹੋ, ਮੈਂ ਤੁਹਾਡਾ ਦੋਸਤ ਗਗਨ ਸਮਾਧ, ਨਾਲ ਕੈਮਰਾਮੈਨ ਗੁਰਸੰਤ ਸਮਾਧ।